ਬਠਿੰਡਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਨਕਲੀ ਕਰੰਸੀ ਬਣਾਉਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਪਾਰਟੀ ਦੇ ਵੱਲੋਂ ਪਿੰਡ ਡੂਮਾ ਵਾਲੀ ਵਿਖੇ ਨਾਕਾਬੰਦੀ ਕੀਤੀ ਗਈ ਸੀ, ਜਿਸ ਤਹਿਤ ਗੁਪਤ ਸੂਚਨਾ ਦੇ ਆਧਾਰ ਤੇ ਡੱਬ ਵਾਲੀ ਵਾਸੀ ਦੋ ਵਿਅਕਤੀ ਪੰਕਜ ਪੁੱਤਰ ਜਸਪਾਲ ਵਾਸੀ ਮੰਡੀ ਡੱਬ ਵਾਲੀ ਹਰਿਆਣਾ ਅਤੇ ਸੋਨੂ ਕੁਮਾਰ ਪੁੱਤਰ ਨੰਦ ਰਾਮ ਵਾਸੀ ਡੱਬ ਵਾਲੀ ਹਰਿਆਣਾ ਨੂੰ ਕਾਬੂ ਕੀਤਾ, ਜਿਨ੍ਹਾਂ ਦੇ ਕੋਲੋਂ 2,500 ਰੁਪਏ ਦੇ ਨਕਲੀ ਨੋਟ ਬਰਾਮਦ ਹੋਏ ਨੇ, ਜਿਨ੍ਹਾਂ ਦੀ ਕੁੱਲ ਕੀਮਤ 9.5 ਲੱਖ ਰੁਪਏ ਹੈ। ਉਹਨਾਂ ਦੱਸਿਆ ਕਿ ਉਕਤ ਦੋਸ਼ੀ ਇੱਕ ਕਲਰ ਸਕੈਨਰ 'ਤੇ ਨੋਟ ਬਣਾਉਂਦੇ ਨੇ, ਜਿਨ੍ਹਾਂ ਪਾਸੋਂ ਸਮਾਨ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਇਸ ਵਾਰਦਾਤ ਨੂੰ ਦੋਸ਼ੀਆਂ ਵੱਲੋਂ ਅੰਜਾਮ ਦਿੱਤੀ ਗਈ ਸੀ ਅਤੇ ਆਸ ਪਾਸ ਦੇ ਇਲਾਕੇ ਵਿੱਚ ਅਸਲੀ ਨੋਟਾਂ ਵਿੱਚ ਨਕਲੀ ਨੋਟ ਮਿਲਾ ਕੇ ਇਹਨਾਂ ਨੋਟਾਂ ਨੂੰ ਚਲਾਉਂਦੇ ਸੀ। ਬਠਿੰਡਾ ਜ਼ਿਲ੍ਹੇ ਵੱਲੋਂ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ ਦੀਵਾਲੀ ਦੇ ਤਿਉਹਾਰਾਂ ਦੇ ਸੰਬੰਧ ਵਿੱਚ ਜਿਹੜੀ ਨਿਗਰਾਨੀ ਰੱਖੀ ਜਾ ਰਹੀ ਹੈ, ਉਸ ਸੰਬੰਧੀ ਇੱਕ CIA1 ਵੱਲੋਂ ਇਨਫੋਰਮੇਸ਼ਨ ਬਿਹਾਵ 'ਤੇ ਇੱਕ FIR ਦਰਜ ਕੀਤੀ ਆ 226 ਨੰਬਰ ਸੰਗਤ ਪੁਲਿਸ ਸਟੇਸ਼ਨ ਅੰਡਰ ਸੈਕਸ਼ਨ 499A, 499B, 499C, IPC ਤਹਿਤ ਜਿਹੜਾ ਸੰਗਤ ਪੁਲਿਸ ਸਟੇਸ਼ਨ ਆ ਦਿਹਾਤੀ ਬਠਿੰਡਾ ਦੇ ਵਿੱਚ, ਉੱਥੇ FIR ਦਰਜ ਹੋਈ ਆ ਅਤੇ ਕੁੱਲ ਇਸਦੇ ਕੋਲੋਂ ਜਿਹੜੀ ਨਕਲੀ ਕਰੰਸੀ ਬਰਾਮਦ ਹੋਈ ਆ, ਦੋ ਜਾਣੇ ਆ, ਇਹ ਪੰਕਜ ਔਰ ਸੋਨੂ, ਇਹ ਹਰਿਆਣੇ ਦੇ ਰਹਿਣ ਵਾਲੇ ਡੱਬਵਾਲੀ ਦੇ, ਔਰ ਇਹਨਾਂ ਕੋਲੋਂ 9,50,000 ਦੇ ਕਰੀਬ ਜਿਹੜੀ ਹੈ ਕਰੰਸੀ ਬਰਾਮਦ ਹੋਈ ਆ, ਜਾਲੀ ਕਰੰਸੀ, ਔਰ ਨਾਲ ਕਲਰ ਜਿਹੜਾ ਹੈਗਾ ਪ੍ਰਿੰਟਰ ਵੀ ਨਾਲ ਰਿਕਵਰ ਹੋਇਆ ਇਹਨਾਂ ਦੇ ਘਰੋਂ। ਇਹ ਥੋੜ੍ਹੀ ਦੇਰ ਤੋਂ ਹੀ ਕਰ ਰਹੇ ਸੀ, ਹਜੇ ਤੱਕ ਇਹਨਾਂ ਨੇ ਕੁਛ ਕਰੰਸੀ ਜਿਹੜੀ ਹੈਗੀ ਆ ਮਿਲਾਵਟ ਕਰਕੇ 100-100 ਦੇ ਅਤੇ 500-500 ਦੇ ਨੋਟ ਜਿਹੜੇ 2,000 ਦੇ ਉਹ ਮਾਰਕੀਟ ਦੇ ਵਿੱਚ ਸਟਾਰਟ ਹੀ ਕੀਤੇ ਸੀ ਅਜੇ, ਅਤੇ ਸਾਡੇ ਕੋਲ ਇਨਫੋਰਮੇਸ਼ਨ ਆਈ ਇਹ ਆਪਣੇ ਘਰ ਦੇ ਵਿੱਚ ਛਾਪਦੇ ਸੀ ਔਰ ਪ੍ਰਿੰਟਰ ਵਗੈਰਾ ਇਹਨਾਂ ਦੇ ਘਰੋਂ ਹੀ ਮਿਲਿਆ ਸਾਰਾ ਕੁਛ। ਔਰ ਇਹ ਯੂਟਿਊਬ ਤੋਂ ਹੀ ਇਹਨਾਂ ਨੇ ਆਪਣਾ ਜਿਹੜਾ ਹੈਗਾ ਸਰਚ ਕੀਤਾ ਸੀਗਾ, ਉਸ ਤੋਂ ਇਹਨਾਂ ਨੇ ਜਿਹੜਾ ਹੈਗਾ ਆਈਡੀਆ ਲਿਆ, ਔਰ ਪਲੱਸ ਇਹਦੀ ਪੁੱਛਗਿੱਛ 'ਚ ਆਇਆ ਕਿ ਇਹ ਕਾਫੀ ਥੋੜ੍ਹੇ ਪੈਸਿਆਂ ਦਾ ਕਰਜਾਈ ਸੀਗਾ, ਜਿਸ ਕਰਕੇ ਇਹਨੇ ਇਹੋ ਜਿਹਾ ਸਟੈਪ ਚੱਕਿਆ। ਇਸਦੇ ਮੁਤਾਬਕ 6-7 ਲੱਖ ਰੁਪਏ ਕਰਜ਼ਾ ਸੀ। ਇੱਕ ਤਾਂ ਜੁੱਤੀਆਂ ਬਣਾਉਣ ਦੀ ਜਿਹੜੀ ਲੇਬਰ ਮਤਲਬ ਸ਼ੌਪ 'ਤੇ ਕੰਮ ਕਰਦਾ ਸੀਗਾ, ਹਾਂਜੀ, ਸੋਨੂ, ਔਰ ਜਿਹੜਾ ਪੰਕਜ ਆ ਇਹ ਧਾਰਮਿਕ ਦੁਕਾਨਾਂ ਬੁੱਕਾਂ ਦੀ ਜਿਹੜੀ ਹੈਗੀ ਆ ਬੱਸ ਅੱਡੇ ਦੇ ਵਿੱਚ ਇਹਦੀ ਸ਼ੌਪ ਆ। ਜਿਹੜੇ ਅਸੀਂ ਰਿਕਵਰ ਕੀਤਾ ਇਹ 9.5 ਲੱਖ ਰੁਪਇਆ ਰਿਕਵਰ ਹੋਇਆ। ਇਸ ਤੋਂ ਪਹਿਲਾਂ ਵੀ ਮਾਰਕੀਟ ਦੇ ਵਿੱਚ ਇਹਨਾਂ ਨੇ ਜ਼ਿਆਦਾ ਵੱਡੀ ਅਮਾਊਂਟ ਨਹੀਂ ਮਾਰਕੀਟ ਦੇ ਵਿੱਚ ਲਿਆਂਦੀ ਸੀ ਅਜੇ, ਔਰ ਜਿਵੇਂ ਕਿਸੇ ਨੂੰ 5,000 ਦੇਣਾ ਅਤੇ ਵਿੱਚੋਂ 2,000 ਰੁਪਇਆ ਨਕਲੀ ਨੋਟਾਂ ਦਾ ਵਿੱਚ ਪਾਤਾ, ਇਸ ਤਰ੍ਹਾਂ ਇਹ ਯੂਜ਼ ਕਰ ਰਹੇ ਸੀਗੇ, ਔਰ ਸਾਡੇ ਕੋਲ ਇਨਫੋਰਮੇਸ਼ਨ ਆਈ ਅਤੇ ਅਸੀਂ ਇਸ ਚੀਜ਼ 'ਤੇ ਜਿਹੜਾ ਹੈਗਾ ਵਰਕ ਕਰਕੇ ਜਿਹੜੀ ਇਹ ਅਸੀਂ ਰਿਕਵਰੀ ਕੀਤੀ ਆ।